ਆਪਾਂ ਸਭ ਨੇ ਮਿਲ ਕੇ ਇਸ ਸਥਾਨ ਦੇ ਦਰਸ਼ਨ ਕਰ ਲਏ ਨੇ ਜੀ। ਆਓ ਹੁਣ ਆਪਾਂ ਚੱਲਦੇ ਹਾਂ ਅਗਲੇ ਸਥਾਨ ਵੱਲ ਨੂੰ ਜੀ। ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਉ, ਚੈਨਲ ਸਬਸਕ੍ਰਾਈਬ ਕਰ ਦਿਉ ਅਤੇ ਬੈਲ ਆਈਕਨ ਦੱਬਣਾ ਨਾ ਭੁੱਲਿਆ ਕਰੋ ਜੀ। ਆਓ ਜੀ ਹੁਣ ਆਪਾਂ ਸਭ ਮਿਲ ਕੇ ਚੱਲਦੇ ਹਾਂ ਗੁਰਦੁਆਰਾ ਸ਼੍ਰੀ ਸ਼ਹੀਦ ਗੰਜ ਸਾਹਿਬ ਦੇ ਦਰਸ਼ਨਾਂ ਨੂੰ ਜੀ। ਇਹ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਜੋੜਾ ਘਰ ਜੀ, ਜਿੱਥੇ ਆਪਾਂ ਜੋੜਾ ਜਮ੍ਹਾਂ ਕਰਵਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਸਕਦੇ ਹਾਂ ਜੀ। ਜੋੜਾ ਆਪਾਂ ਉਤਾਰ ਲਿਆ ਜੀ, ਆਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਚੱਲਦੇ ਹਾਂ ਜੀ। ਇਹ ਹੈ ਜੀ ਲੰਗਰ ਹਾਲ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਉਹੀ ਸਥਾਨ ਹੈ ਜਿੱਥੇ ਮਾਝੇ ਦੇ 40 ਸਿੰਘਾਂ ਨੇ ਯੁੱਧ ਦੌਰਾਨ ਸ਼ਹੀਦੀ ਪਾਈ ਸੀ ਜੀ। ਇੱਥੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਸੀ ਜੀ। ਸੰਗਤਾਂ ਇਸ ਗੁਰਦੁਆਰਾ ਸਾਹਿਬ ਨੂੰ ਅੰਗੀਠਾ ਸਾਹਿਬ ਦੇ ਨਾਲ ਨਾਲ ਵੀ ਜਾਣਦੀਆਂ ਹਨ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ। ਇਹ ਗੁਰਦੁਆਰਾ ਸਾਹਿਬ ਨਾ ਲਹਿੰਦੇ ਵਾਲੇ ਪਾਸੇ ਸਥਿਤ ਆ ਜੀ। ਅੱਜੋ ਚੱਲਦੇ ਹਾਂ ਆਪਾਂ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ। ਆਪਾਂ ਸਭ ਨੇ ਮਿਲ ਕੇ ਇਸ ਸਥਾਨ ਦੇ ਦਰਸ਼ਨ ਕਰ ਲਏ ਨੇ ਜੀ। ਜੇਕਰ ਤੁਸੀਂ ਸਾਡੇ ਚੈਨਲ ਉੱਤੇ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ ਜਿਵੇਂ ਦਸਵੇਂ ਪਾਤਸ਼ਾਹ ਤਾੜੀ ਮਾਰ ਕੇ ਗਏ ਸਨ ਜੀ ਗੁਰਦੁਆਰਾ ਤਾੜੀ ਸਾਹਿਬ ਤੋਂ, ਤੋਂ ਬਾਅਦ ਦੀਆਂ ਵੀਡੀਓਜ਼ ਜਿਵੇਂ ਕਿ ਗੁਰਦੁਆਰਾ ਆਲਮਗੀਰ ਸਾਹਿਬ ਹੁੰਦੇ ਹੋਏ ਪਾਤਸ਼ਾਹ ਸਾਬੋ ਕੀ ਤਲਵੰਡੀ ਫਿਰ ਮੁਕਤਸਰ ਸਾਹਿਬ ਪਹੁੰਚੇ ਸੀ ਜੀ, ਅਸੀਂ ਵੀ ਅੱਜ ਉਸ ਸਥਾਨ 'ਤੇ ਆਏ ਹੋਏ ਹਾਂ ਜੀ। ਤੁਸੀਂ ਸਾਡੇ ਚੈਨਲ ਉੱਤੇ ਉਹ ਵੀਡੀਓਜ਼ ਵੀ ਜਾ ਕੇ ਜ਼ਰੂਰ ਦੇਖਿਓ। ਅਸੀਂ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਗੁਰੂਸਰ ਪੱਕਾ ਦੀ ਵੀਡੀਓਜ਼ ਵੀ ਬਣਾਈਆਂ ਹਨ, ਤੁਸੀਂ ਸਾਡੇ ਚੈਨਲ 'ਤੇ ਜਾ ਕੇ ਜ਼ਰੂਰ ਵਿਜ਼ਿਟ ਕਰਿਓ ਅਤੇ ਵੀਡੀਓਜ਼ ਨੂੰ ਪੂਰਾ ਜ਼ਰੂਰ ਦੇਖਿਓ ਜੀ। ਇਹ ਹੈ ਜੀ ਅਖੰਡ ਜੋਤ ਗੁਰਦੁਆਰਾ ਸਾਹਿਬ ਵਿੱਚ। ਇਹ ਨੇ ਜੀ 40 ਮੁਕਤਿਆਂ ਦੇ ਨਾਮ ਜਿਨ੍ਹਾਂ ਦਾ ਇਸ ਜਗ੍ਹਾ 'ਤੇ ਅੰਤਿਮ ਸੰਸਕਾਰ ਹੋਇਆ ਸੀ ਜੀ। ਇਸ ਜਗ੍ਹਾ ਤੋਂ ਆਪਾਂ ਕੜਾਹ ਪ੍ਰਸ਼ਾਦ ਲੈ ਸਕਦੇ ਹਾਂ ਜੀ। ਆਓ ਚੱਲਦੇ ਹਾਂ ਅਗਲੇ ਸਥਾਨ ਵੱਲ ਜੀ। ਆ ਜੋ ਆਪਾਂ ਹੁਣ ਦਰਸ਼ਨ ਕਰਦੇ ਹਾਂ ਜੀ ਮਾਤਾ ਭਾਗੋ ਮਾਈ ਭਾਗੋ ਯਾਦਗਾਰੀ ਅਜਾਇਬ ਘਰ ਦੇ ਵਿੱਚ ਜੀ। ਇਹ ਹੈ ਜੀ ਗੁਰਦੁਆਰਾ ਟਿੱਬੀਸਰ ਸਾਹਿਬ ਜੀ ਅਤੇ ਇਹ ਹੈ ਜੀ ਗੁਰਦੁਆਰਾ ਰਕਾਬਸਰ ਸਾਹਿਬ ਜੀ। ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਟਿੱਬੀਸਰ ਸਾਹਿਬ ਦੇ ਜੀ। ਜੇਕਰ ਤੁਸੀਂ ਸਾਡੀ ਪਿਛਲੀ ਵੀਡੀਓ ਦੇ ਵਿੱਚ ਮੁਕਤਸਰ ਸਾਹਿਬ ਦੇ ਪ੍ਰਮੁੱਖ ਸਥਾਨ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਜੀ ਤਾਂ ਉਹ ਵੀ ਜਾ ਕੇ ਜ਼ਰੂਰ ਕਰਿਓ ਜੀ। ਆਓ ਚੱਲਦੇ ਹਾਂ ਜੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਆਏ ਹਾਂ ਜੀ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਜੀ। ਇਹ ਉਹੀ ਸਥਾਨ ਹੈ ਜੀ ਜਿੱਥੇ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗ ਦਾ ਹਾਲ ਦੇਖਦੇ ਸੀ ਜੀ ਅਤੇ ਇਸ ਜਗ੍ਹਾ 'ਤੇ ਹੀ ਬੈਠ ਕੇ ਉਹ ਸਾਰੀ ਜੰਗ ਦਾ ਮੁਆਇਨਾ ਕਰਦੇ ਸਨ ਅਤੇ ਮੁਗਲਾਂ ਦੇ ਖਾਤਮੇ ਲਈ ਇੱਥੋਂ ਤੀਰ ਚਲਾਉਂਦੇ ਸਨ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ।
ਇਹ ਜਿਹੜਾ ਸਥਾਨ ਆ ਨਾ ਮੇਨ ਜਿਹੜਾ ਦਰਬਾਰ ਸਾਹਿਬ ਆ ਟੁੱਟੀ ਕੰਢੀ ਸਾਹਿਬ ਤੋਂ ਤਕਰੀਬਨ 1.5-2 ਕਿਲੋਮੀਟਰ ਸਾਈਡ 'ਤੇ ਆ। ਪਰ ਦੇਖੋ ਉਸ ਵੇਲੇ ਸਾਰਾ ਜੰਗ ਦਾ ਮੈਦਾਨ ਹੁੰਦਾ ਸੀ, ਪਾਤਸ਼ਾਹ ਇਸ ਜਗ੍ਹਾ 'ਤੇ ਬਹਿ ਕੇ ਤੀਰ ਚਲਾਉਂਦੇ ਸੀ ਜੀ। ਇਹ ਇਤਿਹਾਸ ਆ ਗੁਰਦੁਆਰਾ ਸਾਹਿਬ ਦਾ, ਤੁਸੀਂ ਪੜ੍ਹ ਵੀ ਸਕਦੇ ਹੋ ਜੀ। ਇਹ ਅੱਜ ਦਾ ਹੁਕਮਨਾਮਾ ਸਾਹਿਬ ਜੀ, ਧਨਾਸਰੀ ਮਹੱਲਾ ਚੌਥਾ, ਇੱਛਾ ਪੂਰਕ ਸਰਬ ਸੁਖਦਾਤਾ, ਹਰ ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਆ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ। ਆਜੋ ਚੱਲਦੇ ਹਾਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਨੂੰ ਜੀ, ਦਰਸ਼ਨ ਕਰਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਇੱਕ ਗੱਲ ਦੇਖੋ ਰੇ, ਜਿੰਨੇ ਵੀ ਆ ਪੱਥਰ ਲੱਗੇ ਹੋਏ ਨੇ ਨਾ, ਇਹ ਸਾਰੇ ਉਰਦੂ ਦੇ ਵਿੱਚ ਨੇ, ਉਰਦੂ ਆ ਜਾਂ ਅਰਬੀ ਭਾਸ਼ਾ ਦੇ ਵਿੱਚ ਲਿਖੇ ਹੋਏ ਨੇ ਇਹ ਸਾਰੇ। ਦੇਖੋ ਤੁਸੀਂ ਪੱਥਰ, ਜ਼ਿਆਦਾਤਰ ਮੈਂ ਤਾਂ ਦੇਖਿਆ ਵੀ ਪੰਜਾਬੀ ਦੇ ਵਿੱਚ ਲਿਖੇ ਹੁੰਦੇ ਨੇ, ਇਹ ਉਰਦੂ ਜਾਂ ਅਰਬੀ ਭਾਸ਼ਾ ਜਿਹੜੀ ਲਿਖੀ ਹੋਈ ਹੈ ਇਹ। ਗੁਰਦੁਆਰਾ ਸਾਹਿਬ ਦੇ ਇਸ ਸਾਈਡ ਜੀ ਗੁਰੂ ਕਾ ਲੰਗਰ ਹੈ ਜੀ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਆਓ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਰਕਾਬਸਰ ਸਾਹਿਬ ਦੇ ਜੀ, ਅਤੇ ਇਤਿਹਾਸ ਬਾਰੇ ਜਾਣਦੇ ਹਾਂ ਜੀ। ਇਹ ਹੈ ਜੀ ਇਤਿਹਾਸ ਦਾ ਬੋਰਡ ਜਿਸ ਦਾ ਅਸੀਂ ਸਕਰੀਨਸ਼ੋਟ ਲੈ ਸਕਦੇ ਹਾਂ। ਆਓ ਚੱਲੀਏ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਜੀ। ਇਹ ਜਦੋਂ ਆਪਾਂ ਅੰਦਰ ਐਂਟਰ ਹੁੰਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦੇ ਹਾਂ ਨਾ, ਤਾਂ ਪਹਿਲਾਂ ਸਰੋਵਰ ਸਾਹਿਬ ਬਣਿਆ ਹੋਇਆ ਜੀ, ਜਿੱਥੇ ਆਪਾਂ ਆਪਣੇ ਤਨ ਦਾ ਇਸ਼ਨਾਨ ਕਰ ਸਕਦੇ ਹਾਂ ਜੀ। ਇਹ ਆ ਗੁਰਦੁਆਰਾ ਰਕਾਬਸਰ ਸਾਹਿਬ ਜੀ। ਦਸਵੇਂ ਪਾਤਸ਼ਾਹ ਨਾ ਜਦੋਂ ਉੱਚੀ ਟਿੱਬੀ ਤੋਂ ਹੇਠਾਂ ਉਤਰੇ ਤਾਂ ਪਾਤਸ਼ਾਹ ਘੋੜੇ 'ਤੇ ਬੈਠ ਕੇ ਜੰਗ ਦੇ ਮੈਦਾਨ ਵਾਲੀ ਨੂੰ ਜਾਣ ਲੱਗੇ ਸੀ। ਜਦੋਂ ਪਾਤਸ਼ਾਹ ਘੋੜੇ ਦੇ ਉੱਤੇ ਚੜ੍ਹਨ ਲੱਗੇ, ਪੈਰ ਰੱਖਿਆ ਰਕਾਬ ਦੇ ਉੱਤੇ, ਤਾਂ ਰਕਾਬ ਟੁੱਟ ਗਈ ਸੀਗੀ ਜੀ। ਉਹ ਰਕਾਬ ਅੱਜ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਜੀ, ਜਿਸ ਦੇ ਉੱਤੇ ਦਸਵੇਂ ਪਾਤਸ਼ਾਹ ਦੇ ਚਰਨ ਲੱਗੇ ਸੀਗੇ ਜੀ। ਆਜੋ ਆਪਾਂ ਉਸ ਰਕਾਬ ਦੇ ਦਰਸ਼ਨ ਵੀ ਕਰਦੇ ਹਾਂ ਜੀ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ। ਗੁਰਦੁਆਰਾ ਟਿੱਬੀ ਸਾਹਿਬ ਅਤੇ ਰਕਾਬਸਰ ਸਾਹਿਬ ਜੀ ਬਿਲਕੁਲ ਆਹਮੋ ਸਾਹਮਣੇ ਸਥਾਨ ਨੇ ਜੀ ਦੋਨੇ। ਇਹ ਜਾਣੀ ਇਹ ਸਾਰਾ ਉਦੋਂ ਯੁੱਧ ਦਾ ਮੈਦਾਨ ਹੁੰਦਾ ਸੀਗਾ ਜੀ ਇਹ। ਆਜੋ ਚੱਲਦੇ ਹਾਂ ਆਪਾਂ ਅੰਦਰ ਨੂੰ ਜੀ, ਦਰਸ਼ਨ ਕਰਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ, ਹੈ ਜੀ ਉਹ ਪਵਿੱਤਰ ਰਕਾਬ ਸਾਹਿਬ ਜੀ, ਜੋ ਕਿ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ 'ਤੇ ਸਵਾਰ ਹੋਣ ਸਮੇਂ ਟੁੱਟ ਗਈ ਸੀ ਜੀ। ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਸਾਂਭ ਕੇ ਰੱਖੀ ਹੋਈ ਹੈ ਜੀ। ਆਪਾਂ ਸਭ ਨੇ ਮਿਲ ਕੇ ਇਸ ਸਥਾਨ ਦੇ ਦਰਸ਼ਨ ਕਰ ਲਏ ਨੇ ਜੀ, ਹੁਣ ਆਪਾਂ ਚੱਲਦੇ ਹਾਂ ਉਸ ਸਥਾਨ ਵੱਲ ਜੀ, ਜਿਸ ਸਥਾਨ ਉੱਤੇ ਇੱਕ ਮੁਗਲ ਵੱਲੋਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉੱਤੇ ਹਮਲਾ ਕੀਤਾ ਗਿਆ ਸੀ ਜੀ। ਆਓ ਚੱਲੀਏ ਜੀ ਉਸ ਸਥਾਨ ਵੱਲ ਜੀ। ਹੁਣ ਆਪਾਂ ਆਏ ਹਾਂ ਜੀ ਗੁਰੂ ਕਾ ਖੂਹ ਪਾਤਸ਼ਾਹੀ ਦਸਵੀਂ ਦੇ ਸਥਾਨ 'ਤੇ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ, ਇਹ ਉਹ ਸਥਾਨ ਆ ਜਿੱਥੇ ਦਸਵੇਂ ਪਾਤਸ਼ਾਹ ਨੇ ਤੀਰ ਮਾਰ ਕੇ ਜੀ
जल का सूमा प्रगट किया जी। इस जगह के उत्ते ना पानी की बहुत दिक्कत सी, जोड़ा पानी सगा बहुत खारा सगा, जोड़ा भी पानी पीता से उन्होंने पेट दिया कई तरह दकलीफा हो जाएगी जी, दस्त लग जाते पातशाह ने जल का सूमा प्रगट किया जी, तो अनेक वर दते पातशाह ने। गुरु साहब ने कहा भी जोड़ा भी ये जल छकूगा जी वो कई तरह के दुख तकलीफा दूर हो जी। संगत पांच ऐतवार जी इस स्थान पर आदियां ने जल छकदियां ने जी, उन्होंने अनेक तरह के रोग दूर होंगे ने जी। अज चलते आप दरबार साहब के अंदर जी तो दर्शन करते हैं धन धन साहब श्री गुरु ग्रंथ साहब जी महाराज जी के जी। ये है जी वो पवित्र खूह जिस जगह पातशाह ने तीर मार के पानी का सोमा प्रगट किया, इस खूह तो पानी लैके पातशाह अगले स्थान पर वो भी थोड़ा दर्शन कराने जी। पातशाह दातन कुरला कर रहे सन तो उत्थे मुगल का सौदा लाया सी पातशाह ने जी। ये निहंग सिंघां वल्लों बनाई शरदाई वरत रही आते संगत छक रही ने जी। आप आए हैं जी गुरुद्वारा श्री दातनसर साहिब विखे जी। ये है जी गुरुद्वारा साहिब का इतिहास जिस तरह से स्क्रीनशॉट लैके पढ़ सकते हो। सतगुरु गुरु गोबिंद सिंह जी गुरुद्वारा टिब्बी साहिब के स्थान तो आके अमृत वेले दातन कुरला कर रहे सन जी। आओ चलिए गुरुद्वारा साहिब के अंदर नू जी तो दर्शन करिए। धन धन श्री गुरु दसे पातशाहियां दी जोत ग्रंथ साहिब महाराज दे जी। ये सोना उच्चा निशान साहिब झूलदा होया जी। दसवें पातशाह श्री गुरु गोबिंद सिंह जी महाराज टिब्बी तो थले उतर के जिथे गुरद्वारा टिब्बी साहिब सुशोभित जी वह तो थले उतर के पातशाह जड़ा खूह साहब गुरद्वारा पा देखिया उस खूह तो जल लैके पातशाह इस स्थान अली नू थले नू उतरे। जदों पातशाह उरे दातन कुरला कर रहे थे ना सवेर के टाइम तो वजीर खान वालों भेजे गए एक मुगल ने दसवें पातशाह उत्ते हमला कर दिता सीगा जी पिछों कृपान नाल। तो पातशाह को जिहड़े गड़बे दे विच जल सीगा पातशाह ने उस गड़बे नाल उस दे उत्ते वार किया जी, तो उहदी मौत हो गई उस मुगल दी जी। उहदी कबर उरे बनी हुई आ जी, वह कबर भी तुहानू दिखाउणे आ जी। संगतां जुत्तियां नाल उस दी सेवा करदियां ने जी। दर्शन करदे आ धन धन साहिब श्री गुरु ग्रंथ साहिब जी महाराज जी दे जी। ये अज का हुक्मनामा साहिब जी, अजो आप करते हैं दर्शन अंदर जी। सूबे सरहद हूँ इन्ने जालम से देखो उन्होंने साहबजादियों भी नीह च चढ़ा के शहीद किया, तो दसवें पातशाह के पिछे बंदे लाई रखे ने उन्होंने इस जगह के उत्ते भी आके वो वालों भेजे मुगल ने हमला किया दसवें पातशाह। तो हजूर साहब भी पिछे गया मुगल उत्थे भी पातशाह के छुरा मारिया उसने बजीदे उन्होंने बंदे ने जी। ये आ मुसलमान की कबर जी जिथे संगत जुत्तियां मार दियां ने जी।
ਆਪਾਂ ਸਭ ਨੇ ਮਿਲ ਕੇ ਮੁਕਤਸਰ ਸਾਹਿਬ ਦੇ ਸਾਰੇ ਸਥਾਨਾਂ ਦੀ ਕਵਰ ਕਰ ਲਏ ਹਨ ਜੀ, ਸਾਰਿਆਂ ਦੇ ਦਰਸ਼ਨ ਕਰ ਲਏ ਹਨ ਜੀ। ਜੇਕਰ ਤੁਸੀਂ ਸਾਡੇ ਚਮਕੌਰ ਸਾਹਿਬ ਦੀ, ਮਾਛੀਵਾੜਾ ਸਾਹਿਬ ਦੀ, ਗੁਰਦੁਆਰਾ ਆਲਮਗੀਰ ਸਾਹਿਬ, ਗੁਰਦੁਆਰਾ ਅੜੀਸਰ ਸਾਹਿਬ ਦੀ ਵੀਡੀਓ ਨਹੀਂ ਦੇਖੀ ਜੀ, ਤਾਂ ਸਾਡੇ ਚੈਨਲ 'ਤੇ ਜਾ ਕੇ ਜ਼ਰੂਰ ਦੇਖਿਓ ਜੀ। ਅਸੀਂ ਜਿਵੇਂ ਕਿਹਾ ਸੀਗਾ ਤੁਹਾਨੂੰ ਜੀ, ਚਮਕੌਰ ਸਾਹਿਬ ਤੋਂ ਪਾਤਸ਼ਾਹ ਤਾੜੀ ਮਾਰ ਕੇ ਚੱਲੇ ਸੀ, ਆਪਾਂ ਵੀ ਉਸੇ ਤਰ੍ਹਾਂ ਚੱਲ ਰਹੇ ਹਾਂ ਜੀ। ਅੱਜ ਆਪਾਂ ਪਹੁੰਚੇ ਸੀ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਜੀ, ਇਸ ਸਥਾਨਾਂ ਦੇ ਵੀ ਆਪਾਂ ਦਰਸ਼ਨ ਕਰ ਲਏ ਨੇ ਜੀ। ਆਪਾਂ ਹੁਣ ਹਜ਼ੂਰ ਸਾਹਿਬ ਵੱਲ ਨੂੰ ਚੱਲਾਂਗੇ ਜੀ, ਹਜ਼ੂਰ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਜੀ, ਤਾਂ ਚੈਨਲ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦੱਬ ਦਿਓ ਅਤੇ ਵੀਡੀਓ ਲਾਈਕ ਕਰਨਾ ਨਾ ਭੁੱਲਿਓ, ਅਤੇ ਥੱਲੇ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।